ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਇਸ ਵੀਡੀਓ ਦੇ ਵਿੱਚ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੁਹਾਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਣਾ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਲਾਲ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਧੱਕ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਨਾਲ ਘੰਟੀ ਵਾਲਾ ਬਟਨ ਧੱਕ ਦਿਓ ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਦਿਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸੋ ਇਸ ਵੀਡੀਓ ਨੂੰ ਹੁਣੇ ਲਾਈਕ ਕਰ ਦਿਓ ਜੀ ਆਪਾਂ 5000 ਦਾ ਲਾਈਕ ਏਮ ਇਸ ਵੀਡੀਓ ਤੇ ਰੱਖਦੇ ਆਂ ਪਹਿਲੀ ਖਬਰ ਆ ਰਹੀ ਆ ਜੀ ਖਰਗੋਨ ਜ਼ਿਲ੍ਹੇ ਚੋਂ ਨਾਇਨ ਇੱਕ ਹੀ ਕੱਪੜੇ ਤੋਂ ਕਰ ਦਿੱਤੀ ਹਜ਼ਾਮਤ 6 ਲੋਕ ਹੋਏ ਕਰੋਨਾ ਪ੍ਰਭਾਵਿਤ ਸੋ ਇਕੱਠੇ 6 ਲੋਕਾਂ ਨੂੰ ਸੰਕਰਮਣ ਮਿਲਣ ਨਾਲ ਭਜੜਾ ਪੈ ਗੀਆਂ ਤੇ ਨਾਇਬ ਤਹਿਸੀਲਦਾਰ ਮੁਕੇਸ਼ ਨਿਗਮ ਨੇ ਦੱਸਿਆ ਕਿ ਬੀਤੇ ਦਿਨੀ ਇੱਕ ਨੌਜਵਾਨ ਇੰਦੌਰ ਤੋਂ ਪਿੰਡ ਆਇਆ ਸੀ ਉਸਨੇ ਇੱਕ ਨਾਇ ਦੇ ਇੱਥੇ ਦਾੜੀ ਬਣਵਾਈ ਜਦਕਿ ਇਸ ਨੌਜਵਾਨ ਪਹਿਲਾਂ ਤੋਂ ਹੀ ਸੈਂਪਲ ਜਾਂਚ ਲਈ ਗਏ ਸਨ ਜੈਸਦੀ ਬਾਅਦ ਦੇ ਵਿੱਚ ਰਿਪੋਰਟ ਪੋਜ਼ਿਟਿਵ ਆਈ ਤੇ ਇਸ ਦਾ ਇਲਾਜ ਵੀ ਹੋਇਆ ਤੇ ਉਹ ਠੀਕ ਹੋ ਕੇ ਘਰੇ ਵੀ ਪਹੁੰਚ ਗਿਆ ਜਿਨ੍ਹਾਂ ਲੋਕਾਂ ਨੇ ਦਾੜੀ ਕਟਿੰਗ ਕਰਵਾਈ ਸੀ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਉਹ ਵੀ 5 April ਨੂੰ 26 ਲੋਕਾਂ ਦੇ ਸੈਂਪਲ ਲਏ ਗਏ ਜੋ ਜਾਂਚ ਲਈ ਭੇਜੇ ਗਏ ਜਿਨ੍ਹਾਂ ਦੇ ਵਿੱਚੋਂ 17 ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਬਾਕੀ 6 ਲੋਕਾਂ ਦੀ ਪੋਜ਼ਿਟਿਵ ਆਈ ਹੈ ਜੀ ਤੇ ਬਾਕੀਆਂ ਦੀ ਰਿਪੋਰਟ ਆਉਣੀ ਹਲੇ ਬਾਕੀ ਹੈ ਦਾਣਾ ਮੰਡੀ ਭੋਲੀ ਪੋਡੀਵਾਲ ਵਿੱਚ ਨਹੀਂ ਹੋ ਰਹੀ ਕਣਕ ਦੀ ਖਰੀਦ ਕਿਸਾਨਾਂ ਨੇ ਕੀਤੀ ਨਾਰੇਬਾਜ਼ੀ ਸੋ ਸੂਬੇ ਦੀ ਸਰਕਾਰ ਨੇ ਕਣਕ ਦੀ ਖਰੀਦ ਦੇ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਉਸ ਵੇਲੇ ਨਿਕਲਦੀ ਨਜ਼ਰ ਆਈ ਜਦੋਂ ਧਰਮਕੋਟ ਵਿਧਾਨ ਸਭਾ ਦੇ ਹਲਕੇ ਪਿੰਡ ਡੋਬੀ ਵਾਲਾ ਦੀ ਮੰਡੀ ਵਿੱਚ ਬੈਠੇ ਕਿਸਾਨਾਂ ਦੇ ਵੱਲੋਂ ਕਣਕ ਦੀ ਖਰੀਦ ਨਾ ਹੋਣ ਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਪ੍ਰੈਸ ਨੂੰ ਦਿੱਤੀ ਗਈ ਜਾਣਕਾਰੀ ਚ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹ ਕਣਕ ਨੂੰ ਲੈ ਕੇ ਮੰਡੀ ਦੇ ਵਿੱਚ ਬੈਠੇ ਹਨ ਪਰ ਇਸ ਮੰਡੀ ਦੇ ਵਿੱਚ ਕਣਕ ਦੀ ਖਰੀਦ ਕਰਨ ਦੀ ਕੇਂਦਰੀ ਸਰਕਾਰ ਦੀ ਕੋਈ ਵੀ ਖਰੀਦ ਅਨੰਸੀ ਨਹੀਂ ਪਹੁੰਚੀ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਹੈ ਜੀ ਮਈ ਤੋਂ 4 ਕਰੋੜ ਭਾਰਤੀਆਂ ਨੂੰ ਬਿਨਾ ਮੋਬਾਈਲ ਦੇ ਰਹਿਣਾ ਪੈ ਸਕਦਾ ਹੈ ਆਈਸੀਈਐਨ ਦੱਸੀ ਇਸ ਦੀ ਵਜ੍ਹਾ ਸੋ ਮਹਾਮਾਰੀ ਦੇ ਚੱਲਦਿਆਂ ਦੇਸ਼ ਦੇ ਵਿੱਚ ਲਾਕਡਾਊਨ ਦੇ ਸੰਗਠ ਨੂੰ ਜੋ ਵੀ ਲੰਘ ਰਿਹਾ ਹੈ ਕੇਂਦਰ ਦੇ ਵੱਲੋਂ ਅਲਾਨੀ ਲਾਕਡਾਊਨ ਦੀ ਮਿਆਦ 3 ਮਈ ਨੂੰ ਖਤਮ ਹੋਣ ਜਾ ਰਹੀ ਹੈ ਹਾਲਾਂਕਿ ਇਸ ਦੀ ਘੱਟ ਹੀ ਸੰਭਾਵਨਾ ਹੈ ਕਿ ਇਸ ਤੋਂ ਬਾਅਦ ਸਾਰੀਆਂ ਗਤੀਵਿਧੀਆਂ ਪਹਿਲਾਂ ਵਾਂਗ ਸ਼ੁਰੂ ਹੋ ਜਾਣ ਇਸ ਦੌਰਾਨ ਇੰਡੀਆ ਸੈਲੂਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ ਜਾਨੀ ਕਿ ICEA ਨੇ ਖਦਸ਼ਾ ਪ੍ਰਗਟਾਇਆ ਹੈ ਜੇਕਰ ਮੁੰਬਈ ਮਈ ਦੇ ਅਖੀਰ ਤੱਕ ਮੋਬਾਈਲ ਤੇ ਉਸ ਦੇ ਸਪेयर ਪਾਰਟ ਵੇਚਣ ਤੇ پابੰਦੀ ਰਹਿਤ ਜਾਰੀ ਰਹਿੰਦੀ ਆ ਤਾਂ ਦੇਸ਼ ਦੇ 4 ਕਰੋੜ ਲੋਕ ਇਸ ਤੋਂ ਪ੍ਰਭਾਵਿਤ ਹੋਣਗੇ ਤੇ ਉਹਨਾਂ ਨੂੰ ਬਿਨਾਂ ਮੋਬਾਈਲ ਦੇ ਰਹਿਣਾ ਪੈ ਸਕਦਾ ਹੈ ਸੋ CICENA ਦਾ ਮੁੱਖ ਲੰਕਣ ਇਹ ਹੈ ਕਿ ਮੌਜੂਦਾ ਸਮੇਂ ਚ 2.5 ਕਰੋੜ ਮੋਬਾਈਲ ਕਸਟਮਰਸ ਦੇ ਮੋਬਾਈਲ ਨੋਨ ਫੰਕਸ਼ਨਲ ਹੋ ਚੁੱਕੇ ਹਨ ਕਿਉਂਕਿ ਉਹਨਾਂ ਦੀ ਡਿਵਾਈਸ ਦੇ ਕੰਪੋਨੈਂਟ ਸਪਲਾਈ ਚੇਨ ਤੋਂ ਪ੍ਰਭਾਵਿਤ ਹੋਣ ਦੀ ਵਜ੍ਹਾ ਦੇ ਨਾਲ ਉਪਲਬਧ ਨਹੀਂ ਹਨ ਦੱਸ ਦਈਏ ਸਰਕਾਰ ਨੇ ਲਾਕਡਾਊਨ ਦੌਰਾਨ ਸਿਰਫ ਜ਼ਰੂਰੀ ਸਮਾਨ ਦੀ ਵਿਕਰੀ ਨੂੰ ਹੀ ਇਜਾਜ਼ਤ ਦਿੱਤੀ ਹੈ ਜੋ 5ਵੇਂ ਹਫ਼ਤੇ ਪਹੁੰਚ ਚੁੱਕਾ ਹੈ ਟੈਲੀਕਮ ਇੰਟਰਨੈਟ ਬ੍ਰਾਡਕਾਸਟ ITVG ਸਰਵਿਸ ਨੂੰ ਪਰਮਿਟ ਦਿੱਤਾ ਗਿਆ ਹੈ ਪਰ ਮੋਬਾਈਲ ਸਰਵਿਸ ਨੂੰ ਨਹੀਂ ਸ਼ਾਮਲ ਕੀਤਾ ਗਿਆ। ਪੰਜਾਬ ਦੇ ਵਿੱਚ ਦੁਕਾਨਾਂ ਅਜੇ ਨਹੀਂ ਖੁੱਲਣਗੀਆਂ ਸੋ 25 ਅਪ੍ਰੈਲ ਤੋਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਰਜਿਸਟਰ ਦੁਕਾਨਾਂ ਨੂੰ ਕੁਝ ਸ਼ਰਤਾਂ ਦੇ ਖੋਲਣ ਦਾ ਫੈਸਲਾ ਕੀਤਾ ਗਿਆ ਪਰ ਪੰਜਾਬ ਦੇ ਵਿੱਚ ਦੁਕਾਨਾਂ ਖੋਲਣ ਦੀ ਮਨਜ਼ੂਰੀ ਨਹੀਂ ਮਿਲੀ ਤੇ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੇ ਐਸ ਵੀ ਸਿੱਧੂ ਨੇ ਟਵੀਟ ਕੀਤਾ ਤੇ ਕੇਂਦਰ ਸਰਕਾਰ ਨੇ ਭਾਵੇਂ ਦੁਕਾਨਾਂ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਪੰਜਾਬ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਇਸ ਦੇ ਲਈ ਪੰਜਾਬ ਦੇ ਵਿੱਚ ਦੁਕਾਨਾਂ ਪੰਜਾਬ ਸਰਕਾਰ ਵੱਲੋਂ ਵੱਖਰੀਆਂ ਹਦਾਇਤਾਂ ਜਾਰੀ ਹੋਣ ਤੱਕ ਹੀ ਖੁੱਲਣਗੀਆਂ ਮਹਾਰਾਸ਼ਟਰ ਦੇ ਵਿੱਚ ਨਹੀਂ ਸੁਧਰ ਰਹੇ ਜੀ ਹਾਲਾਤ ਪਿਛਲੇ 24 ਘੰਟਿਆਂ ਦੌਰਾਨ 394 ਨਵੇਂ ਮਾਮਲੇ 3 ਮਈ ਤੱਕ ਕਰਫਿਊ ਤੋਂ ਨਹੀਂ ਮਿਲੇਗੀ ਛੋਟ ਐਂਟਰੀ ਵੀ ਰਹੇਗੀ ਬੈਨਸੋ ਵੱਡੀ ਖਬਰ ਆ ਰਹੀ ਹੈ ਜੀ ਗ੍ਰਹਿ ਮੰਤਰਾਲੇ ਨੇ ਨਵੇਂ ਨਿਯਮਾਂ ਦੇ ਮੁਤਾਬਕ ਲਾਕਡਾਊਨ ਚ ਕੁਝ ਹੋਰ ਰਾਹਤ ਦਿੱਤੀ ਗਈ ਹੈ ਤੇ ਕੇਂਦਰ ਨੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਚ ਦੁਕਾਨਾਂ ਖੁੱਲਣ ਦੀ ਇਜਾਜ਼ਤ ਦਿੱਤੀ ਇਸ ਦੇ ਨਾਲ ਵੀਆਈਪੀ ਜਿਲ੍ਹਾ ਮੁਹਾਲੀ ਦੇ ਵਿੱਚ ਸ਼ਨੀਵਾਰ ਸਵੇਰੇ ਭਰਮ ਦੇ ਹਾਲਾਤ ਪੈਦਾ ਹੋ ਗਏ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਰ ਸਾਰੀਆਂ ਦੁਕਾਨਾਂ ਖੁੱਲਣਗੀਆਂ ਜਾਂ ਨਹੀਂ ਇਸ ਦੌਰਾਨ ਲੋਕਾਂ ਨੇ ਲਗਾਤਾਰ ਪ੍ਰਸ਼ਾਸਨ ਅਧਿਕਾਰੀਆਂ ਤੇ ਹੈਲਪਲਾਈਨ ਨੰਬਰ ਤੇ ਫੋਨ ਕਰਨੇ ਸ਼ੁਰੂ ਕਰ ਦਿੱਤੇ ਪਰ ਮੁਹਾਲੀ ਦੇ ਡੀਸੀ ਗਰੀਸ਼ ਦਿਆਲ ਨੇ ਟਵੀਟ ਕੀਤਾ ਕਿ ਜ਼ਿਲ੍ਹੇ ਦੇ ਵਿੱਚ ਕਰਫਿਊ ਵਿੱਚ ਕੋਈ ਰਾਹਤ ਨਹੀਂ ਮਿਲੇਗੀ ਜੋ ਜੋ ਹੁਕਮ ਚੱਲ ਰਹੇ ਹਨ ਉਹ 3 ਮਈ ਤੱਕ ਲਾਗੂ ਰਹਿਣਗੇ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਅਮਰੀਕਾ ਤੋਂ ਜਿੱਥੇ ਬਿਨਾ ਕਰੋਨਾ ਲੱਛਣ ਦੇ 30 ਤੋਂ 49 ਸਾਲ ਦੇ ਲੋਕਾਂ ਦੀ ਹੋ ਰਹੀ ਹੈ ਅਚਾਨਕ ਮੌਤ ਜੋ ਵੱਡੀ ਖਬਰ ਨਿਕਲ ਕੇ ਆ ਰਹੀ ਆ ਜੀ ਅਮਰੀਕਾ ਤੋਂ ਵਸ਼ਿੰਗਟਨ ਦੇ ਸ਼ਹਿਰ ਦੀ ਗੱਲ ਆ ਜੇ ਅਮਰੀਕਾ ਦੇ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਾਇਰਸ ਦੇ ਕਾਰਨ 30 ਤੋਂ 49 ਸਾਲ ਦੇ ਕਈ ਲੋਕਾਂ ਦੀ ਅਚਾਨਕ ਮੌਤ ਹੋ ਰਹੀ ਆ ਇਸ ਦੇ ਵਿੱਚ ਅਜੇ ਹੀ ਲੋਕ ਵੀ ਹਨ ਜੋ ਬਿਲਕੁਲ ਵੀ ਬਿਮਾਰ ਨਹੀਂ ਦਿਖਾਈ ਦਿੰਦੇ ਤੇ ਉਹਨਾਂ ਵਿੱਚ ਕੋਈ ਲੱਛਣ ਨਹੀਂ ਨਜ਼ਰ ਆਉਂਦਾ ਪਰ ਅਚਾਨਕ ਆਏ ਸਟ੍ਰੋਕਸ ਦੇ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਨਿਊਯਾਰਕ ਦੇ ਵਿੱਚ ਕਈ ਲੋਕਾਂ ਦੀ ਮੌਤ ਉਹਨਾਂ ਦੇ ਘਰ ਦੇ ਵਿੱਚ ਹੀ ਹੋ ਗਈ। ਸੋ ਅਗਲੀ ਖਬਰ ਆ ਰਹੀ ਹੈ ਜੀ ਨਵਾਂ ਸ਼ਹਿਰ ਦੇ ਵਿੱਚ ਕੋਰੋਨਾ ਨੇ ਫਿਰ ਦਿੱਤੀ 10 ਤੱਕ ਇੱਕ ਮਰੀਜ਼ ਦੀ ਰਿਪੋਰਟ ਆਈ ਪੋਜ਼ਿਟਿਵ ਪਟਿਆਲਾ ਰਾਜਪੁਰਾ ਚ 6 ਹੋਰ ਕੇਸ ਪੋਜ਼ਿਟਿਵ ਆਏ ਗਿਣਤੀ ਵਧ ਕੇ ਹੋਈ 4200 ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਮੁੱਖ ਮੰਤਰੀ ਦੇ ਗ੍ਰਹਿ ਪਟਿਆਲਾ ਦੇ ਵਿੱਚ ਵਾਇਰਸ ਦਾ ਕਹਿਰ ਲਗਾਤਾਰ جاری ਹੈ ਤੇ ਸ਼ਨੀਵਾਰ ਨੂੰ ਵਾਇਰਸ ਦੇ 6 ਮਰੀਜ਼ ਆਉਣ ਦੇ ਨਾਲ ਇੱਕalle ਰਾਜਪੁਰਾ ਜੋ 42 ਕੋਰੋਨਾ ਪੋਜ਼ਿਟਿਵ ਪਾਏ ਗਏ ਜਦ ਤੱਕ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੋਜ਼ਿਟਿਵ ਕੇਸਾਂ ਦੀ ਗਿਣਤੀ 61 ਹੋ ਗਈ ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਹਰੀਸ਼ ਮਲੋਤਰਾ ਨੇ ਕੀਤੀ ਸੋ ਉਸ ਤੋਂ ਬਾਅਦ ਜੀ ਨਵਾਂ ਸ਼ਹਿਰ ਡੀਸੀ ਦੀ ਅਪੀਲ ਵਿਦੇਸ਼ਾਂ ਦੇ ਵਿੱਚ ਫਸੇ ਭਾਰਤੀਆਂ ਦੇ ਪਰਿਵਾਰਕ ਮੈਂਬਰ ਦੇਣ ਜਾਣਕਾਰੀ ਸੁ ਵੱਡੀ ਖਬਰ ਆ ਰਹੀ ਹੈ ਜੀ ਗ੍ਰਹਿ ਮੰਤਰਾਲੇ ਦਾ ਸਪਸ਼ਟੀਕਰਨ ਸ਼ਹਿਰੀ ਬਾਜ਼ਾਰ ਰਹਿਣਗੇ ਬੰਦ ਰਹਾਇਸ਼ੀ ਇਲਾਕਿਆਂ ਦੇ ਵਿੱਚ ਹੋਵੇਗੀ ਛੋਟ ਸੋ ਇਸ ਵੇਲੇ ਸੈਂਟਰ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਵੱਲੋਂ ਵੱਡੀ ਖਬਰ ਆ ਰਹੀ ਹੈ ਜੀ ਸ਼ਨੀਵਾਰ ਨੂੰ ਫਿਰ ਪਿੰਡੂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਦੁਕਾਨਾਂ ਖੋਲਣ ਦੇ ਬਾਰੇ ਸਪਸ਼ਟੀਕਰਨ ਜਾਰੀ ਕੀਤਾ ਇਸ ਦੇ ਅਨੁਸਾਰ ਸ਼ਾਪਿੰਗ ਮਾਲ ਨੂੰ ਛੱਡ ਕੇ ਪਿੰਡੂ ਖੇਤਰਾਂ ਦੇ ਵਿੱਚ ਸਾਰੀਆਂ ਦੁਕਾਨਾਂ ਖੁੱਲਣਗੀਆਂ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਬਾਜ਼ਾਰ ਨਹੀਂ ਖੁੱਲਣਗੇ ਸ਼ਹਿਰੀ ਖੇਤਰਾਂ ਦੇ ਵਿੱਚ ਗੈਰ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਆਂਢ ਗੁਆਂਢ ਅਤੇ ਆਸ-ਪਾਸ ਦੀਆਂ ਦੁਕਾਨਾਂ ਖੋਲਣ ਦੀ ਆਗਿਆ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਬਾਰੇ ਕੁਝ ਗਲਤਫਹਿਮੀ ਹੋ ਗਈ ਸੀ ਉਸ ਨਿਰਦੇਸ਼ ਦਾ ਅਰਥ ਸੀ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਸ਼ਾਪਿੰਗ ਮਾਲ ਕੰਪਲੈਕਸ ਤੇ ਰੋਕ ਜਾਰੀ ਰਹੇਗੀ ਇਸ ਤੋਂ ਇਲਾਵਾ ਹੌਟਸਪੌਟ ਅਤੇ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਬਾਜ਼ਾਰ ਖੁੱਲਣਗੇ ਕੋਠਿਆਂ ਦੇ ਚੜ੍ਹ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਕੀਤਾ ਰੋਸ਼ ਪ੍ਰਦਰਸ਼ਨ ਤੇ ਡਿਲੀਵਰੀ ਦੌਰਾਨ ਬੱਚੇ ਤੇ ਸਿਰ ਤੇ ਲੱਗਿਆ ਬਲੇਡ ਦਾ ਟੱਕ ਮੌਤ ਪਰਿਵਾਰ ਨੇ ਲਗਾਇਆ ਡਾਕਟਰ ਉੱਤੇ ਲਾਪਰਵਾਹੀ ਦਾ ਦੋਸ਼ ਸੋ ਵੱਡੀ ਖਬਰ ਆ ਰਹੀ ਹੈ ਜੀ ਮੋਗਾ ਤੋਂ ਜਿੱਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਔਰਤ ਦੀ ਡਿਲੀਵਰੀ ਦੌਰਾਨ ਬੱਚੇ ਦੇ ਸਿਰ ਵਿੱਚ ਬਲੇਡ ਦਾ ਟੱਕ ਲੱਗਣ ਦੇ ਕਾਰਨ ਬਾਅਦ ਵਿੱਚ ਜ਼ਖਮੀ ਬੱਚੇ ਦਾ ਇਲਾਜ ਲਈ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜੇਰੇ ਇਲਾਜ ਨਵੇਂ ਜੰਮੇ ਬੱਚੇ ਦੀ ਮੌਤ ਹੋ ਗਈ ਤੇ ਮ੍ਰਿਤਕ ਦੇ ਬੱਚੇ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਬੱਚੇ ਦੀ ਮੌਤ ਲਈ ਡਿਲੀਵਰੀ ਦੌਰਾਨ ਡਾਕਟਰਾਂ ਦੇ ਉੱਤੇ ਲਾਪਰਵਾਹੀ ਵਰਤਨ ਦਾ ਦੋਸ਼ ਲਗਾਇਆ ਤੇ ਪੀੜਤ ਪਰਿਵਾਰ ਦੇ ਵੱਲੋਂ ਡਾਕਟਰ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਸੋ ਇੱਥੇ ਸਰੋਤੇ ਵੀਰਾਂ ਦੇ ਲਈ ਸਾਰੇ ਭੈਣ ਭਰਾਵਾਂ ਦੇ ਲਈ ਇੱਕ ਪ੍ਰਸ਼ਨ ਹੈ ਕੀ ਡਾਕਟਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਸੋ ਜਿਹੜਾ ਲਾਹ ਪ੍ਰਵਾਈ ਡਾਕਟਰ ਨੇ ਵਾਕਈ ਕੀਤੀ ਆ ਜਾਂ ਅਚਾਨਕ ਵੱਜ ਗਿਆ ਤੁਸੀਂ ਆਪਣੇ ਕੀਮਤੀ ਵਿਚਾਰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਦੋ ਵੀ ਡਾਇਰੈਕਟਰ ਤੇ ਕਾਰਵਾਈ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਸੋ ਦਾਜ਼ ਦੇ ਵਿੱਚ ਨਹੀਂ ਲਿਆਂਦੀ ਕਾਰ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲਾ ਸਮਾਪਤ ਸੋ ਤਰਨ ਤਰਨ ਤੋਂ ਖਬਰ ਆ ਰਹੀ ਆ ਜਿੱਥੇ ਪਿੰਡ ਕਲੰਜਰ ਉਤਾੜ ਦੇ ਵਿਖੇ ਦਾਜ ਦੇ ਵਿੱਚ ਕਾਰ ਨਾ ਲਿਆਉਣ ਤੇ ਸਹੁਰੇ ਪਰਿਵਾਰ ਦੇ ਵੱਲੋਂ ਕਥਿਤ ਤੌਰ ਤੇ ਦਿੱਤੇ ਜਾਂਦੇ ਤਾਣਿਆਂ ਤੋਂ ਤੰਗ ਆ ਕੇ ਵਿਹੁਤਾ ਦੇ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਦੇ ਸਬੰਧੀ ਥਾਣਾ ਬਲਟੋਹਾ ਦੇ ਪੁਲਿਸ ਨੇ ਪਤੀ ਸਮੇਤ 4 ਲੋਕਾਂ ਦੇ ਖਿਲਾਫ ਕੇ ਇਸ ਦਰਜ ਕਰ ਲਿਆ ਸੋ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਆਸਲ ਉਤਾੜ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਦੇ ਵਿੱਚ ਕਥਿਤ ਦੋਸ਼ ਲਾਇਆ ਹੈ ਕਿ ਉਸ ਦੀ ਲੜਕੀ ਮਨਦੀਪ ਕੌਰ ਦਾ ਵਿਆਹ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਲੰਜਰ ਉਤਾੜ ਦੇ ਨਾਲ ਹੋਇਆ ਸੀ ਵਿਆਹ ਤੋਂ ਕੁਝ ਸਮੇਂ ਬਾਅਦ ਜਗਜੀਤ ਸਿੰਘ ਉਸ ਦਾ ਪਿਤਾ ਜਸਵੰਤ ਸਿੰਘ ਪੁੱਤਰ ਦਿਆਲ ਸਿੰਘ ਪਤਨੀ ਦਲਜੀਤ ਕੌਰ ਨਨਾਨ ਗਗਨਦੀਪ ਕੌਰ ਲੜਕੀ ਨੂੰ ਦਾਜ ਦੇ ਵਿੱਚ ਕਾਰ ਨਾ ਲਿਆਉਣ ਦੇ ਤਾਨੇ ਮਾਰਨ ਲੱਗ ਪਏ ਤੇ ਜਿਨ੍ਹਾਂ ਦੀ ਮੰਗ ਨਾ ਪੂਰੀ ਕਰਨ ਤੇ ਉਹ ਲੜਕੀ ਦੀ ਕੁੱਟਮਾਰ ਕਰਦੇ ਸੀ ਇਸ ਦੁੱਖੋਂ ਲੜਕੀ ਨੇ ਲੜਕੀ ਮਨਦੀਪ ਕੌਰ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਲਈ ਤੇ ਲੰਘੇ ਦਿਨ ਉਸ ਦੀ ਹਾਲਤ ਖਰਾਬ ਹੋਣ ਦੇ ਕਾਰਨ ਮੌਤ ਹੋ ਗਈ ਬਲਜੀਤ ਸਿੰਘ ਨੇ ਦੱਸਿਆ ਕਿ ਸਹੁਰੇ ਪਰਿਵਾਰ ਦੇ ਤਾਣਿਆਂ ਤੋਂ ਦੁਖੀ ਹੋ ਕੇ ਉਸ ਦੀ ਲੜਕੀ ਨੇ ਆਤਮ ਹੱਤਿਆ ਕੀਤੀ ਹੈ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਮਰਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਸੋ ਇੱਥੇ ਵੀ ਸਰੋਤਿਆਂ ਦੇ ਲਈ ਇੱਕ ਸਵਾਲ ਹੈ ਕਿ ਪਰਿਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਜਾਂ ਨਹੀਂ ਮਿਲਣੀ ਚਾਹੀਦੀ ਕਿ ਦਾਜ ਲਿਆਉਣਾ ਜ਼ਰੂਰੀ ਹੈ ਦਾਜ ਦੇ ਵਿੱਚ ਕਾਰ ਹੋਰ ਨਿਕੜ ਚੁੱਕੜ ਹੋਰ ਹਰ ਤਰ੍ਹਾਂ ਦਾ ਫਰਨੀਚਰ ਵਗੈਰਾ ਲੈ ਕੇ ਆਉਣਾ ਜ਼ਰੂਰੀ ਆ ਜਾਂ ਨਹੀਂ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਕਰੋਨਾ ਵਾਇਰਸ ਦੇ ਡਰ ਲਾਸ਼ ਨੂੰ ਚੌਰਾਹੇ ਦੇ ਵਿੱਚ ਸੁੱਟ ਗਏ ਪਿੰਡ ਵਾਸੀ ਸੋ ਬੜੀ ਸ਼ਰਮਨਾਸਾਰ ਕਰਨ ਵਾਲੀ ਇਨਸਾਨੀਅਤ ਨੂੰ ਘਟਨਾ ਪਠਾਨਕੋਟ ਦੇ ਵਿੱਚ ਵੇਖਣ ਨੂੰ ਮਿਲੀ ਆ ਸੋ ਸ਼੍ਰੋਤੇ ਵੀਰੋ ਪਠਾਨਕੋਟ ਦੇ ਪਿੰਡ ਪਹਾੜੋ ਚੱਕ ਦੇ ਵਿੱਚ ਹਰਨੀਆਂ ਦੇ ਬਜ਼ੁਰਗ ਮਰੀਜ਼ ਦੀ ਮੌਤ ਹੋ ਗਈ ਇਸ ਤੋਂ ਬਾਅਦ ਪਿੰਡੂ ਲੋਕ লাশ ਨੂੰ ਚਰਾਹੇ ਦੇ ਵਿੱਚ ਸੁੱਟ ਕੇ ਭੱਜ ਗਏ ਤੇ ਕਰੋਨਾ ਦੇ ਡਰ ਤੋਂ 3 ਘੰਟੇ ਜਦੋਂ ਪਿੰਡ ਦਾ ਕੋਈ ਵਿਅਕਤੀ ਬਾਹਰ ਨਹੀਂ ਆਇਆ ਤਾਂ ਸਿਹਤ ਵਿਭਾਗ ਦੀ ਮਹਿਲਾ ਕਮਚਾਰੀਆਂ ਨੇ ਉਸ ਦਾ ਦਹੇ ਸੰਸਕਾਰ ਕੀਤਾ ਸੋ ਉਸ ਤੋਂ ਬਾਅਦ ਜੀ ਕਰੋਨਾ ਪੀੜਤਾਂ ਦੀ ਗਿਣਤੀ 24 ਘੰਟਿਆਂ ਦੌਰਾਨ ਰਿਕਾਰਡ 1752 ਵਾਧਾ ਹੁਣ ਤੱਕ 723 ਮੌਤਾਂ ਟਰੱਕ ਤੇ ਇਨੋਵਾ ਦੀ ਕਾਰ ਹੋਈ ਟੱਕਰ 5 ਲੋਕ ਜ਼ਖਮੀ ਤੇ ਇਟਲੀ ਦੇ ਵਿੱਚ ਵਾਇਰਸ ਨਾਲ 420 ਹੋਰ ਮੌਤਾਂ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਹੈ ক্রিকেট ਖੇਡਨੀ ਆ ਤੇ ਪਹਿਲਾਂ ਸਰਹੱਦ ਤੇ ਅੱਤਵਾਦ ਖਤਮ ਕਰੋ ਪਾਕਿਸਤਾਨ ਸੋ ਕਪਿਲ ਦੇਵ ਦਾ ਜਵਾਬ ਜੰਡਿਆਲਾ ਗੁਰੂ ਦੇ ਨੌਜਵਾਨ ਦਾ ਕਰੋਨਾ ਟੈਸਟ ਫਿਰ ਆਇਆ ਪੋਜ਼ਿਟਿਵ ਤੇ ਜਿਸ ਦੇ ਕਾਰਨ ਹੁਣ ਸ਼ਹਿਰ ਵਾਸੀਆਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਦੇ ਲਈ 80 ਬਸਾਂ ਜਿਹੜੀਆਂ ਕੀਤੀਆਂ ਗਈਆਂ ਨੇ ਰਵਾਨਾ ਕਪਿਲ ਸਿੰਬਲ ਬੋਲੇ ਮੋਦੀ ਜੀ ਕਦੇ ਕਾਂਗਰਸ ਪਾਰਟੀ ਦੀ ਵੀ ਸਲਾਹ ਲੈ ਲਿਆ ਕਰੋ ਤੇ ਚੀਨ ਸ਼ੱਕ ਦੇ ਘੇਰੇ ਚੋਂ ਠੁਕਰਾਈ ਕੋਵਿਡ ਦੇ ਸਰੋਤਾਂ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਸਰਕਾਰੀ ਸਕੂਲ ਚ ਪੜ੍ਹਦੇ ਬੱਚਿਆਂ ਨੂੰ ਕਿਤਾਬਾਂ ਨਾ ਮਿਲਣ ਦੇ ਕਰਕੇ ਪੜ੍ਹਾਈ ਦਾ ਹੋ ਰਿਹਾ ਹੈ ਨੁਕਸਾਨ ਸੋ ਇਹ ਸਨ ਦੋਸਤੋ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ